ਸਮਾਂ ਆਪਣੀ ਚਾਲੇ ਤੁਰਿਆ ਜਾ ਰਿਹਾ ਹੈ ਉਵੇਂ ਸਾਥ ਸਾਥ ਚੰਗਾ ਮੰਦਾ ਵੀਰਤਾ ਭਰਿਆ ਕਾਇਰਤਾ ਭਰਿਆ ਇਤਿਹਾਸ ਬਣਦਾ ਜਾ ਰਿਹਾ ਹੈ ਇਹ ਜ਼ਾਲਮ ਸਰਕਾਰ ਰਾਗੀਆਂ ਨੂੰ ਢਾਡੀਆਂ ਨੂੰ ਸਰਦਾਰ ਬੇਅੰਤ ਸਿੰਘ ਸਤਵੰਤ ਸਿੰਘ ਦੀਆਂ ਵਾਰਾਂ ਗਾਉਣੋਂ ਕਿਤਨਾ ਕੁ ਚਿਰ ਰੋਕਦੀ ਰਹੇਗੀ ਮੂਰਖ ਨੂੰ ਸਮਝ ਨਹੀਂ ਇਤਿਹਾਸ ਨੂੰ ਦਬਾਉਣ ਵਾਸਤੇ ਜਿੰਨੀਆਂ ਸੱਟਾਂ ਇਹ ਜ਼ਾਲਮ ਸਰਕਾਰ ਮਾਰਦੀ ਹੈ ਉਹਨੀਆਂ ਸੱਟਾਂ ਵੱਜ ਵੱਜ ਕੇ ਇਤਿਹਾਸ ਦੇ ਅੰਕੜੇ ਇਤਿਹਾਸ ਦੇ ਪੰਨੇ ਹੋਰ ਚਮਕਦੇ ਜਾ ਰਹੇ ਨੇ ਖਾਲਸਾ ਜੀ ਪਾਪੀ ਨੂੰ ਪਾਪ ਨੇ ਲੈਣਾ ਸਰਦਾਰ ਬੇਅੰਤ ਸਿੰਘ ਆ ਪਹੁੰਚਾ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਅੱਗ ਲੱਗ ਗਈ ਸੱਤੀ ਕਪੜੀ ਕਸਮ ਚੁੱਕੀ ਮੇਰੇ ਗੁਰੂ ਪਾਤਸ਼ਾਹ ਜਿਸਨੇ ਕੀਤੀ ਹੈ ਉਸਨੂੰ ਕੀਤੀ ਦਾ ਮਜ਼ਾ ਜ਼ਰੂਰ ਚਖਾਵਾਂਗਾ ਵਾਪਸ ਗਿਆ ਅੰਮ੍ਰਿਤ ਛਕੇ ਸਿੰਘ ਸਜੇ ਬਹਾਦਰਾਂ ਦਾ ਰੂਪ ਧਾਰਿਆ ਕਹਿੰਦਾ ਸਿੱਖ ਧਰਮ ਦੇ ਸੂਰਮੇ ਚਿੜੀ ਅਣਖੀ ਮਿੱਟੀ ਉਹ ਮੋੜਨ ਭਾਜੀ ਦੁੱਗਣੀ ਬਈ ਸਿੱਟ ਬਸਿੱਟੀ ਬੇਅੰਤ ਸਿੰਘ ਜਾਂ ਗੱਲ ਦਿਲ ਵਿੱਚ ਗਿੱਟੀ ਮੈਂ ਕਲ ਜੋਗਣ ਨੂੰ ਚੱਕ ਦੂੰ ਜੋ ਫਿਰਦੀ ਫਿੱਟੀ ਉਹਨ ਚੁੱਕ ਮੱਥੇ ਨੂੰ ਲਾ ਲਈ ਗੁਰੂ ਘਰ ਦੀ ਮਿੱਟੀ ਸਤਵੰਤ ਸਿੰਘ ਨਾਲ ਕਰ ਲਈ ਗੱਲ ਕੋਰੀ ਚਿੱਟੀ ਓਏ ਉਹਨੇ ਛੱਡ ਕੁਹਾੜਾ ਗੋਲੀਆਂ ਪੰਡਤਾਣੀ ਸਿੱਟੀ 31 ਅਕਤੂਬਰ 1984 ਵਾਲੇ ਦਿਨ ਬਈ ਕੌਮੀ ਪ੍ਰਵਾਨਿਆਂ ਆਜ਼ਾਦੀ ਦੇ ਆਸ਼ਕਾਂ ਨੇ ਮੋਰਚਾ ਲਾ ਦਿੱਤਾ ਅੱਗੇ ਜਦੋਂ ਕਿਤੇ ਇਹੋ ਜਿਹਾ ਹਾਦਸਾ ਹੁੰਦਾ ਕੰਪਿਊਟਰ ਬੋਲ ਪੈਂਦੇ ਸਨ ਅੱਜ ਕੰਪਿਊਟਰ ਬੋਲਣਾ ਭੁੱਲ ਗਏ ਸਿੰਘਾਂ ਨੇ ਲਾਇਆ ਮੋਰਚਾ ਕਲਕੇ ਵਾਲੇ ਪਾਤਸ਼ਾਹ ਨੇ ਰੱਖਿਆ ਸੀਸ ਤੇ ਹੱਥ ਸਾਹਮਣੇ ਤੁਰੀ ਆ ਰਹੀ ਹਿੰਦੁਸਤਾਨ ਦੀ ਮਲਕਾ ਬਈ ਉਸਦੇ ਸਵਾਗਤ ਵਾਸਤੇ ਇੱਕ ਦੇ ਕੋਲ ਸਟੇਨ ਇੱਕ ਦੇ ਕੋਲ ਪਸਤਾਲ ਆਉਂਦੀ ਮਲਕਾ ਦਾ ਸਵਾਗਤ ਉਹ ਪੰਜਾਬ ਦੇ ਗੱਭਰੂ ਇਹ ਕਰ ਰਿਹਾ ਭਾਈ ਅੱਗੇ ਲਾਣੀ ਇੰਦੌਰਾ ਜੋਧਿਆਂ ਨੇ ਫਾੜ ਕੇ ਫਰੰਟ ਕਰਤੀ ਜੱਗੋਂ ਜਾਣੀ ਇੰਦੌਰਾ ਜੋਧਿਆਂ ਨੇ ਫਾੜ ਕੇ ਫਰੰਟ ਕਰਤੀ ਜੱਗੋਂ ਜਾਣੀ ਬੰਦੇ ਖਾਣੀ ਇੰਦਰਾ ਜੱਗੋਂ ਜਾਣੀ।
ਜਦੋਂ ਵਸਦਾ ਕੋਈ ਵੀ ਹੰਕਾਰੀ ਲੱਗਦਾ ਨਾ ਪਾਰ ਜੀ ਹੈ ਹੰਕਾਰ ਡੱਸਦਾ ਨਹਿਰੂ ਵਾਲੀ ਅੰਥ ਅੱਗੋਂ ਬੰਦ ਕਰਤੀ ਲਾ ਕੇ ਜਾਣੀ ਜਿੰਦੋਰਾ ਉਹ ਲਾ ਕੇ ਜਾਣੀ ਜਿੰਦੋਰਾ ਜੋਧਿਆਂ ਨੇ ਫੜ ਕੇ ਫਰੰਟ ਕਰਤੀ ਜੱਗੋਂ ਜਾਣੀ ਇੰਦਰਾ ਖਾਲਸਾ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਬਚਨ ਬੜੇ ਕਰਨ ਵਾਲੇ ਰਹਿ ਗਏ ਨੇ ਸੰਗਤਾਂ ਦੇ ਚਰਨਾਂ ਵਿੱਚ ਹਿੰਦੁਸਤਾਨ ਦਾ ਹਾਲ ਉਹਨਾਂ ਦੇ ਸਾਹਮਣੇ ਇੱਕ ਨਕਸ਼ੇ ਦੇ ਰੂਪ ਵਿੱਚ ਪੇਸ਼ ਕਰਨ ਵਾਸਤੇ ਆਏ ਹਾਂ ਜ਼ਰੂਰ ਕਰਾਂਗੇ ਬੇਅੰਤ ਸਿੰਘ ਦੇ ਪਿਸਤੌਲ ਵਿੱਚ 5 ਗੋਲੀਆਂ 5 ਨਿਗਾਤੀਆਂ ਸਤਵੰਤ ਸਿੰਘ ਨੂੰ ਪੁੱਛਣ ਲੱਗਾ ਵੇਖ ਤਾਂ ਚਿੱਤ ਪਈ ਕਿ ਨਹੀਂ ਤੇ ਉਹ ਕਹਿੰਦਾ ਇਹ ਵੱਡੇ ਲੋਕ ਛੇਤੀ ਮਰਦੇ ਨਹੀਂ ਹੁੰਦੇ 22 ਸਨ 22 ਦੀਆਂ 22 ਨਗਾ ਕੇ ਨਲਕੇ ਦੇ ਟੁੱਟੇ ਫਿਲਟਰ ਵਰਗੀ ਬਣਾ ਕੇ ਸਿੱਟ ਦਿੱਤੀ ਰੌਲਾ ਪਾਇਆ ਰੇਡੀਆਂ ਨੇ ਅਖਬਾਰਾਂ ਨੇ ਪ੍ਰਧਾਨ ਮੰਤਰੀ ਦੇ ਗੋਲੀਆਂ ਵੱਜੀਆਂ ਉਹ ਫਲਾਨੇ ਹਸਪਤਾਲ ਵਿੱਚ ਮਲਾਜਾ ਹੋਇਆ ਡਾਕਟਰੀ ਹੋਈ ਕੁਛ ਨਹੀਂ ਹੋਇਆ ਵੱਜ ਵੱਜ ਕੇ ਗੋਲੀਆਂ ਮਾਸ ਦੀਆਂ ਬੋਟੀਆਂ ਫਰਸ਼ ਨਾਲ ਜੁੜ ਗਈਆਂ